ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਉੱਥੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਸੀ ਤਾਂ ਉਸ ਤੋਂ ਬਾਅਦ ਇਸ ਮੌਕੇ ਤੇ ਪਹੁੰਚ ਕੇ ਜਿਹੜੀ ਸੀ ਅੱਗ ਤੇ ਕਾਬੂ ਪਾਇਆ ਗਿਆ ਪਰ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਹੈ ਉੱਥੇ ਹੋਇਆ ਹੈ ਉੱਥੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਕਾਫੀ ਗਰਮੀ ਦਾ ਪਾਰਾ ਵੱਧ ਚੁੱਕਿਆ। ਸੂਰਜ ਦੇਵ ਮਈ ਦੇ ਪਹਿਲੇ ਹਫ਼ਤੇ ਸ਼ੁਰੂ ਕਰਤਾ ਕਾਫੀ ਗਰਮੀ, ਕਰੀਬ 40-40 ਡਿਗਰੀ ਦਾ ਤਾਪਮਾਨ ਵੱਧ ਚੁੱਕਾ। ਲੋਕਾਂ ਨੂੰ ਆਪਣੀ ਪਿਆਸ ਬੁਝਾਉਣ ਲਈ ਨਿੰਬੂ ਪਾਣੀ ਕਣਵੀ ਦਾ ਇਸਤੇਮਾਲ ਕਰਾਂ। ਦੇਖ ਸਕਦੇ ਹੋ ਕੁਛ ਰਾਹਗੀਰ ਵੀ ਖੜ੍ਹੇ ਹੋਏ ਨੇ, ਦੇਖਿਆ ਜਾਵੇ ਤਾਂ ਨਿੰਬੂ ਪਾਣੀ ਦਾ